ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੁਝ ਸਮਾਂ ਪਹਿਲਾਂ ਤੁਸੀਂ ਜਾਣਦੇ ਹੋ ਕਿ ਐਮਾਜ਼ਾਨ ਦੇ ਉੱਤੇ ਟਾਇਲਟ ਰਸਕ ਦੇ ਉੱਤੇ ਗੋਲਡਨ ਟੈਂਪਲ ਦੀ ਤਸਵੀਰ ਨਸ਼ਰ ਕਰਕੇ ਉਸਨੂੰ ਸੇਲ ਕੀਤਾ ਜਾ ਰਿਹਾ ਸੀ, ਜਿਸ ਦਾ ਸਿੱਖ ਬੁੱਧੀਜੀਵੀਆਂ ਨੇ ਅਤੇ SGPC ਨੇ ਕੜਾ ਵਿਰੋਧ ਕੀਤਾ ਸੀ। ਅਤੇ ਉਸ ਤੋਂ ਬਾਅਦ ਐਮਾਜ਼ਾਨ ਨੇ ਬਕਾਇਦਾ ਮੁਆਫੀ ਵੀ ਮੰਗੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਸਾਈਟ ਦੇ ਉੱਤੋਂ ਅਜਿਹੀਆਂ ਸਾਰੀਆਂ ਚੀਜ਼ਾਂ ਹਟਾ ਲਈਆਂ ਸਨ। ਪਰ ਹਾਲ ਹੀ ਦੇ ਵਿੱਚ ਮੁੜ ਇੱਕ ਅਜਿਹੀ ਹੀ ਆਨਲਾਈਨ ਸੇਲਿੰਗ ਸਾਈਟ ਨੇ ਘਟੀਆ ਹਰਕਤ ਕੀਤੀ ਹੈ। ਇਸ ਵਾਰ ਫਲਿੱਪਕਾਰਟ ਨੇ ਡੋਰਮੈਟਸ ਦੇ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਪ੍ਰਿੰਟ ਕਰਕੇ ਉਸਨੂੰ ਸੇਲ ਵਾਸਤੇ ਲਗਾਇਆ ਹੈ, ਜਿਸ ਦਾ ਕੜਾ ਸੰਗਿਆਨ SGPC ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿੱਤਾ ਹੈ। ਅਤੇ ਕੀ ਕਿਹਾ ਇਸ ਸਾਰੇ ਮਸਲੇ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਨੇ, ਸੁਣੋ। ਫਲਿੱਪਕਾਰਟ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਫੋਟੋ ਲਗਾ ਕੇ ਔਰ ਮੈਟ ਬਣਾਏ ਨੇ, ਔਰ ਉਹ ਮੈਟ ਹੁਣ ਫਲਿੱਪਕਾਰਟ ਦੇ ਔਨਲਾਈਨ ਪੋਰਟਲ 'ਤੇ ਵਿਖਣੇ ਪਾਏ ਨੇ ਉਹਨਾਂ ਨੇ। ਸ਼੍ਰੀ ਦਰਬਾਰ ਸਾਹਿਬ ਦੀ ਉਸਤਤ ਪੂਰੀ ਦੁਨੀਆਂ 'ਚ ਕੀਤੀ ਜਾਂਦੀ ਆ, ਔਰ ਦੁਨੀਆਂ ਭਰ ਦੇ ਲੋਕ ਚਾਹੇ ਉਹ ਕਿਸੇ ਵੀ ਧਰਮ 'ਚ ਵਿਸ਼ਵਾਸ ਰੱਖਦੇ ਹੋਣ, ਪਰ ਸਾਹਿਬ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਆਉਂਦੀ ਉੱਥੇ ਆ ਕੇ ਨਤਮਸਤਕ ਹੁੰਦੇ ਨੇ। ਦੁਨੀਆਂ ਭਰ ਦੇ ਲੋਕਾਂ ਦੀ ਇਹਦੇ ਨਾਲ ਭਾਵਨਾ ਆਹਤ ਹੋਈਆਂ ਨੇ। ਫਲਿੱਪਕਾਰਟ ਦੇ ਖਿਲਾਫ਼ ਮੈਂ ਅਸੀਂ ਵਿਅਕਤੀਗਤ ਤੌਰ 'ਤੇ ਇੱਥੋਂ ਦੇ SSP DCP ਨੂੰ ਮਿਲ ਕੇ ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਾਉਣ ਵਾਸਤੇ ਕਿਹਾ ਹੈ। ਐਰਕੇ ਅਸੀਂ ਯਕੀਨੀ ਬਣਾਵਾਂਗੇ ਕਿ ਮੁਕੱਦਮਾ ਦਰਜ ਹੋਵੇ 295A 'ਚ, ਔਰ ਇਹਦੀ ਪ੍ਰੋਪਰ ਟ੍ਰਾਇਲ ਹੋਵੇ, ਉਹ ਬੰਦੇ ਅਰੈਸਟ ਕੀਤੇ ਜਾਣ, ਔਰ ਫਲਿੱਪਕਾਰਟ ਦੇ ਮਾਲਕ ਨੂੰ ਵੀ ਇਨਵੋਲਵਮੈਂਟ ਨਾਲ ਲਿਆਂਦੀ ਜਾਵੇ, ਤਾਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਵਾਰ ਵਾਰ ਕਹਿਣ ਦੇ ਬਾਵਜੂਦ ਇਹਨਾਂ ਲੋਕਾਂ ਨੇ ਜਿਹੜੀ ਹਰਕਤ ਕੀਤੀ ਆ, ਇੱਕ ਆਦਮੀ ਜਿਹੜਾ ਦਿਮਾਗੀ ਤੌਰ 'ਤੇ ਪਾਗਲ ਹੁੰਦਾ, ਮੈਂ ਸਮਝਦਾ ਮਾਨਸਿਕ ਤੌਰ 'ਤੇ ਕੋਈ ਅਪਾਹੀਜ ਹੋਵੇ ਤਾਂ ਹੀ ਉਹ ਇਹੋ ਜਿਹਾ ਕੰਮ ਕਰ ਸਕਦਾ ਹੈ, ਲੇਕਿਨ ਅਗਰ ਕੋਈ ਵਪਾਰ ਵਾਸਤੇ ਸਾਡੇ ਇਹਨਾਂ ਪਵਿੱਤਰ ਗੁਰੂ ਧਾਮਾਂ ਦੀ ਬੇਅਦਬੀ ਕਰਨ ਤੱਕ ਜਾਊਗਾ ਤਾਂ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਗੁਰੂ ਪਿਆਰਿਓ, ਕਦੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਟਾਇਲਟ ਰਸਕ ਦੇ ਉੱਤੇ ਹੁੰਦੀ ਹੈ, ਕਦੀ ਪਾਣੀ ਦੀਆਂ ਬੋਤਲਾਂ ਦੇ ਉੱਤੇ ਅਤੇ ਕਦੇ ਫੁੱਟਮੈਟਸ ਦੇ ਉੱਤੇ, ਅਜਿਹੀਆਂ ਹਰਕਤਾਂ ਕਰਨ ਵਾਲੇ ਆਖਿਰ ਹੈ ਕੌਣ? SGPC ਨੂੰ, ਸਾਡੀਆਂ ਸਰਮੋਰ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅਜਿਹੀ ਹਿੰਮਤ ਇਹਨਾਂ ਦੀ ਕਦੇ ਪੈ ਹੀ ਨਾ ਸਕੇ ਕਿ ਮੁੜ ਕੋਈ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਕਿਸੇ ਵੀ ਅਜਿਹੀ ਵਸਤੂ ਦੇ ਉੱਤੇ, ਅਜਿਹੀ ਚੀਜ਼ ਦੇ ਉੱਤੇ ਪ੍ਰਿੰਟ ਕਰਨ ਦੀ ਸੋਚ ਵੀ ਲਵੇ, ਜਿਸ ਦੇ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੁੰਦੀਆਂ ਹੋਣ। ਕਿਉਂਕਿ ਇੱਥੇ ਵੀ ਕਮੀ ਕਿਤੇ ਨਾ ਕਿਤੇ ਸਾਡੀਆਂ ਸਰਮੋਰ ਜਥੇਬੰਦੀਆਂ ਦੀ ਹੈ। ਜਦੋਂ ਪਹਿਲੀ ਵਾਰ ਐਮਾਜ਼ਾਨ ਨੇ ਅਜਿਹਾ ਕੰਮ ਕੀਤਾ ਸੀ ਤਾਂ ਐਮਾਜ਼ਾਨ ਦਾ ਕੜਾ ਨੋਟਿਸ ਲੈਣਾ ਚਾਹੀਦਾ ਸੀ, ਉਹਨਾਂ ਦੀ ਮੰਗੀ ਮੁਆਫੀ ਤੋਂ ਬਾਅਦ ਵੀ ਉਹਨਾਂ 'ਤੇ ਐਕਸ਼ਨ ਲੈਣਾ ਬਣਦਾ ਸੀ, ਉਹਨਾਂ ਨੂੰ ਮੁਆਫ ਨਹੀਂ ਸੀ ਕਰਨਾ ਚਾਹੀਦਾ ਤਾਂ ਜੋ ਕਿਸੇ ਹੋਰ ਦੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਪੈਂਦੀ। ਕਿਉਂਕਿ ਪਤਾ ਨਹੀਂ ਅਜਿਹੇ ਕਿੰਨੇ ਹੀ ਮੈਟ ਸੇਲ ਆਊਟ ਹੋ ਚੁੱਕੇ ਹੋਣਗੇ ਤਾਂ ਕਿੱਥੇ ਕਿੱਥੇ ਕਿੰਨੀਆਂ ਥਾਵਾਂ 'ਤੇ ਸਾਡੇ ਹਰਿਮੰਦਰ ਦੀ ਬੇਅਦਬੀ ਹੋ ਰਹੀ ਹੋਵੇਗੀ। ਪਰ ਅਸੀਂ ਹੱਥ ਬੰਨ ਕੇ ਆਪਣੇ ਚੈਨਲ ਵੱਲੋਂ ਸਾਰੀ ਆਵਾਮ ਨੂੰ, ਦੇਸ਼ ਵਿਦੇਸ਼ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਹਾਡੇ ਘਰ ਤੱਕ ਅਜਿਹੀ ਕੋਈ ਚੀਜ਼ ਪਹੁੰਚੀ ਹੈ, ਤੁਸੀਂ ਆਰਡਰ ਕੀਤੀ ਹੈ, ਤਾਂ ਕਿਰਪਾ ਕਰਕੇ ਸਿੱਖਾਂ ਦੇ ਸਰਮੋਰ ਸੰਸਥਾ, ਸਿੱਖਾਂ ਦੇ ਮੱਕਾ ਕਹੇ ਜਾਣ ਵਾਲੇ ਹਰਿਮੰਦਰ ਸਾਹਿਬ ਦੀ ਬੇਅਦਬੀ ਤੁਸੀਂ ਨਾ ਕਰਿਓ, ਪਾਪ ਦੇ ਭਾਗੀ ਨਾ ਬਣਿਓ। ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਅਤੇ ਆਓ ਹੁਣ ਜਾਂਦੇ ਜਾਂਦੇ ਸੁਣਦੇ ਹਾਂ ਕਿ ਆਖਿਰ ਪਾਕਿਸਤਾਨ ਦੇ ਸਿੰਧ ਵਿੱਚ ਹੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦੋ ਸ਼ਰਾਰਤੀ ਅਨਸਰਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਦੇ ਬਾਰੇ ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ? ਤਿੰਨ ਲੋਕਲ ਉੱਥੋਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਗਨ ਭੇਂਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਜਾਣਕਾਰੀ ਅਸੀਂ ਉੱਥੋਂ ਦੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤਿੰਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਾਇਆ। ਸਿੰਧ ਦੇ ਅੰਦਰ ਇਹ ਕੇਸ ਹੋਇਆ ਹੈ, ਔਰ ਉੱਥੋਂ ਦੇ ਪੁਲਿਸ ਸਟੇਸ਼ਨ ਅੰਦਰ ਤਿੰਨ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਿੰਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਅਸੀਂ ਉੱਥੋਂ ਦੇ ਪ੍ਰਧਾਨ ਮੰਤਰੀ ਜੀ ਨੂੰ ਟਵੀਟ ਕੀਤਾ, ਔਰ ਇੱਥੇ ਸੁਸ਼ਮਾ ਸਵਰਾਜ ਜੀ ਨੂੰ ਅੱਜ ਲਿਖਿਆ ਹੈ ਕਿ ਇਹ ਜਿਹੜੀਆਂ ਮਨੋਰਿਟੀਜ਼ ਨੇ ਉਹਨਾਂ ਦੇ ਉੱਤੇ ਇਹ ਬਿਲਕੁਲ ਸਿੱਧੀ ਤਰ੍ਹਾਂ ਇੱਕ ਹਮਲਾ ਹੈ, ਕਿਉਂਕਿ ਇੱਕ ਜਾਣ ਬੁੱਝ ਕੇ
ਔਰ ਲਲਕਾਰ ਕੇ ਉਹਨਾਂ ਨੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਸ ਦੀ ਜਿੱਥੇ ਅਸੀਂ ਸਖ਼ਤ ਅਲਫਾਜ਼ਾਂ ਦੀ ਨਿੰਦਿਆ ਕਰਦੇ ਹਾਂ, ਉੱਥੇ ਹੀ ਉਹਨਾਂ ਦੇ ਖਿਲਾਫ਼ ਸਖ਼ਤ ਹੋਰ ਕਾਰਵਾਈ ਹੋਵੇ, ਇਹਦੀ ਅਸੀਂ ਉੱਤਰੀ ਸਰਕਾਰ ਤੋਂ ਉਮੀਦ ਕਰਦੇ ਹਾਂ। ਗੁਰਪਿਆਰੇ, ਉਮੀਦ ਇਹੀ ਹੈ ਕਿ ਪਾਕਿਸਤਾਨ ਸਰਕਾਰ ਵੀ ਇਹਨਾਂ ਬੇਅਦਬੀਆਂ ਨੂੰ ਲੈ ਕੇ ਜ਼ਰੂਰ ਚਿੰਤਿਤ ਹੋਏਗੀ ਅਤੇ ਬਹੁਤ ਜਲਦ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਕੜੀਆਂ ਸਜ਼ਾਵਾਂ ਲਾਈਆਂ ਜਾਣਗੀਆਂ, ਤਾਂ ਜੋ ਕਿਤੇ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਬੀ ਕਰਨ ਦੀ ਕਦੇ ਸੋਚ ਹੀ ਨਾ ਸਕੇ। ਅਤੇ ਹੁਣ ਬਸ ਇੰਤਜ਼ਾਰ ਇਸ ਚੀਜ਼ ਦਾ ਹੈ ਕਿ ਪਾਕਿਸਤਾਨ ਸਰਕਾਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਦੋਂ ਗ੍ਰਿਫਤ ਦੇ ਵਿੱਚ ਲੈਂਦੀ ਹੈ ਅਤੇ ਕੀ ਸਜ਼ਾਵਾਂ ਦਿੰਦੀ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।